ਨਾਭਾ ਦੇ ਪਿੰਡ ਰਾਮਗੜ੍ਹ ਵਿੱਚ ਆਂਗਨਵਾੜੀ ਸੈਂਟਰ ਚਲਾ ਰਹੀ ਆਗਿਆ ਪਾਲ ਕੌਰ ਨਾਂ ਦੀ ਆਂਗਨਵਾੜੀ ਵਰਕਰ ਨੂੰ ਭਾਰਤ ਸਰਕਾਰ ਦੇ ਵੱਲੋਂ ਰਾਸ਼ਟਰੀ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਹੈ, ਜਿਸ ਦੇ ਚਲਦੇ ਪੂਰੇ ਪਿੰਡ ਵਿੱਚ ਹੀ ਖੁਸ਼ੀ ਦੀ ਲਹਿਰ ਦੌੜ ਆਈ ਹੈ। ਦੱਸ ਦਈਏ ਕਿ ਆਗਿਆ ਪਾਲ ਕੌਰ ਨੂੰ ਕੇਂਦਰ ਮਹਿਲਾ ਅਤੇ ਵਿਕਾਸ ਮੰਤਰੀ ਮੇਨਕਾ ਗਾਂਧੀ ਦੇ ਵੱਲੋਂ ਦਿੱਲੀ ਵਿੱਚ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ ਸੀ ਅਤੇ 50,000 ਰੁਪਿਆਂ ਦਾ ਇਨਾਮ ਵੀ ਦਿੱਤਾ ਗਿਆ ਸੀ। ਆਪਣੀ ਵਰਕਰ ਦੀ ਇਸ ਉਪਲਬਧੀ ਤੇ CDPO ਨਾਭਾ ਕਿਰਨ ਰਾਣੀ ਅਤੇ ਪਿੰਡ ਦੇ ਸਰਪੰਚ ਸਰਵੰਤ ਸਿੰਘ ਨੇ ਖੁਸ਼ੀ ਜ਼ਾਹਰ ਕੀਤੀ ਹੈ। ਤੁਹਾਨੂੰ ਦੱਸ ਦਈਏ ਕਿ ਆਗਿਆ ਪਾਲ ਕੌਰ ਨੇ ਸਖ਼ਤ ਮਿਹਨਤ ਕਰਕੇ ਜਿੱਥੇ ਪਿੰਡ ਵਿੱਚ ਚੰਗਾ ਸੈਂਟਰ ਖੁਲਵਾਇਆ, ਉੱਥੇ ਹੀ ਪ੍ਰਸ਼ਾਸਨ ਤੋਂ ਗ੍ਰਾਂਟ ਪ੍ਰਾਪਤ ਕਰਕੇ ਆਪਣੇ ਸੈਂਟਰ ਨੂੰ ਆਧੁਨਿਕ ਸਮਾਨ ਨਾਲ ਤਿਆਰ ਵੀ ਕਰਵਾਇਆ, ਜਿਸ ਵਿੱਚ ਕਿ ਸੈਂਟਰ ਵਿੱਚ ਪੜ੍ਹਨ ਵਾਲੇ ਬੱਚਿਆਂ ਨੂੰ ਪੜ੍ਹਨ ਵਿੱਚ ਕਾਫ਼ੀ ਆਸਾਨੀ ਹੋਈ। ਬੱਚਿਆਂ ਦੇ ਬੈਠਣ ਦੇ ਲਈ ਚੰਗਾ ਫਰਨੀਚਰ ਉਪਲਬਧ ਕਰਵਾਇਆ ਗਿਆ ਹੈ ਅਤੇ ਸਮਾਰਟ LCD ਅਤੇ ਖਿਡੌਣੇ ਵੀ ਆਗਿਆ ਪਾਲ ਕੌਰ ਵੱਲੋਂ ਇੱਥੇ ਉਪਲਬਧ ਕਰਵਾਏ ਗਏ ਨੇ। ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਆਪਣੇ ਮਹਿਕਮੇ ਦਾ, ਜਿਨ੍ਹਾਂ ਨੇ ਸਾਡੀ ਇੱਕ ਆਂਗਨਵਾੜੀ ਵਰਕਰ ਆਗਿਆ ਪਾਲ ਕੌਰ ਨੂੰ, ਪਿੰਡ ਰਾਮਗੜ੍ਹ ਬੋੜਾ ਨੂੰ, ਸਾਡੀ ਆਂਗਨਵਾੜੀ ਵਰਕਰ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਬਹੁਤ ਅੱਛੀ ਮਿਹਨਤ ਕਰਕੇ ਉਹਨਾਂ ਨੇ ਦੇਖਿਆ ਕਿ ਇਹਦਾ ਬਹੁਤ ਅੱਛਾ ਕੰਮ ਹੈ, ਇਹਨੂੰ ਨੈਸ਼ਨਲ ਅਵਾਰਡ ਉਹਨਾਂ ਨੇ ਦੇ ਕੇ ਇਹਨੂੰ ਸਨਮਾਨ ਕੀਤਾ, ਸਾਡੇ ਸੈਂਟਰ ਗੌਰਮੈਂਟ ਦੇ ਮਿਨਿਸਟਰ ਨੇ ਇਹਨੂੰ 50,000 ਰੁਪਏ ਦਾ ਚੈੱਕ ਦੇ ਕੇ ਸਨਮਾਨ ਕੀਤਾ। ਮੈਂ ਬਹੁਤ ਹੀ ਧੰਨਵਾਦੀ ਹਾਂ ਸਾਡੇ ਇਹਦੇ ਨਾਲ ਜਦੋਂ ਜਿਹੜਾ ਮਿਲਿਆ ਹੈਗਾ ਸਨਮਾਨ, ਇਸ ਤੋਂ ਸਾਡੇ ਆਂਗਨਵਾੜੀ ਵਰਕਰ ਹੋਰਾਂ ਨੂੰ ਵੀ ਉਤਸ਼ਾਹਿਤ ਮਿਲੀ ਹੈਗੀ ਹੈ ਕਿ ਅਸੀਂ ਵੀ ਅੱਗੋਂ ਤੋਂ ਮਿਹਨਤ ਕਰਕੇ ਵੱਧ ਤੋਂ ਵੱਧ ਅਸੀਂ ਅੱਗੇ ਵੀ ਹਿੱਸਾ ਲੈ ਕੇ ਅਸੀਂ ਉਸ ਤੋਂ ਵੀ ਵੱਧ ਇੱਕ ਲੈ ਕੇ ਆਵਾਂਗੇ ਅਗਲੇ ਨੈਸ਼ਨਲ ਅਵਾਰਡ 'ਚ। ਇਹ ਕੰਪਨੀ ਜੀ ਮੇਨ ਇਹਨਾਂ ਦਾ ਸਰ ਕੰਟਰੀਬਿਊਸ਼ਨ ਦੇਖਦੇ ਨੇ ਕਿ ਪਬਲਿਕ ਕੰਟਰੀਬਿਊਸ਼ਨ ਪਿੰਡ ਦੇ ਵਿੱਚ ਕਿਸ ਤਰ੍ਹਾਂ ਦੀ ਹੈ, ਇਸ ਵਰਕਰ ਦੀ ਇਹਦੀ ਵਰਕਰ ਦੀ ਸਾਰੀਆਂ ਸੇਵਾਵਾਂ ਦੇਖੀਆਂ ਨੇ ਕਿ ਬੱਚਿਆਂ ਨੂੰ ਕੀ ਦਿੰਦੀ ਹੈਗੀ ਇੱਥੇ, ਬਾਕੀ ਇਹਦੀ ਐਕਟੀਵਿਟੀਜ਼ ਹੈਗੀਆਂ ਨੇ, ਕੁੜੀ ਬਹੁਤ ਇੰਟੈਲੀਜੈਂਟ ਹੈ, ਸਾਰੀਆਂ ਹਰ ਇੱਕ ਕੰਮ ਦੇ ਵਿੱਚ ਅੱਛੀ ਅੱਗੇ ਆਉਂਦੀ ਹੈ। ਬਾਕੀ ਇਹਨਾਂ ਸਾਰਾ ਅੱਗੋਂ ਸਾਡੇ ਡਿਪਾਰਟਮੈਂਟ ਨੇ ਇਹਨੂੰ ਕੱਢਿਆ ਹੈਗਾ ਕਿ ਜੋ ਇਹਨੂੰ ਨੈਸ਼ਨਲ ਅਵਾਰਡ ਦਿੱਤਾ। ਮੈਂ ਫਿਰ ਇੱਕ ਵਾਰੀ ਧੰਨਵਾਦ ਕਰਦੀ ਹਾਂ ਆਪਣੇ ਮਹਿਕਮੇ ਦਾ ਕਿ ਜਿਨ੍ਹਾਂ ਨੇ ਇਹਨੂੰ ਅੱਗੇ ਦਿੱਤਾ ਨੈਸ਼ਨਲ ਅਵਾਰਡ। ਸਰ, ਸਭ ਤੋਂ ਪਹਿਲਾਂ ਤਾਂ ਅਸੀਂ ਪੰਚਾਇਤ ਤੋਂ ਡਿਮਾਂਡ ਕੀਤੀ ਜਗ੍ਹਾ ਲਈ ਜੀ, ਸਾਨੂੰ 700 ਗਜ਼ ਜਗ੍ਹਾ ਮਿਲੀ ਹੈ। ਇਹ 700 ਗਜ਼ ਜਗ੍ਹਾ ਦੇ ਵਿੱਚ ਮਤਲਬ 4.5 ਲੱਖ ਰੁਪਇਆ ਸੈਂਟਰ ਸਰਕਾਰ ਨੇ ਗ੍ਰਾਂਟ ਦਿੱਤੀ ਹੈ, ਬਾਕੀ ਪੰਚਾਇਤ ਨੇ ਪੈਸੇ ਪਾ ਕੇ ਸਾਰੀ ਬਿਲਡਿੰਗ ਤਿਆਰ ਕੀਤੀ ਆ। ਇਹਦੇ ਵਿੱਚ ਹਰੇਕ ਸਹੂਲਤ ਦਿੱਤੀ ਗਈ ਆ, DC ਸਾਹਿਬ ਵੱਲੋਂ 1 ਲੱਖ ਰੁਪਇਆ ਦਿੱਤਾ ਗਿਆ, ਉਹਦੇ ਨਾਲ ਸਾਰੀਆਂ ਚੀਜ਼ਾਂ ਇੱਥੇ ਮੁਹੱਈਆ ਕਰਵਾਈਆਂ ਗਈਆਂ ਨੇ। ਬਾਕੀ ਜੋ ਸਾਡੀਆਂ ਸੇਵਾਵਾਂ ਹੁੰਦੀਆਂ ਨੇ ਉਹ ਅਸੀਂ ਰੈਗੂਲਰ ਪਹਿਲਾਂ ਵੀ ਕਰਦੇ ਆ ਰਹੇ ਹਾਂ, ਹੁਣ ਵੀ ਕਰਦੇ ਹਾਂ। ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਅਵਾਰਡ ਲੈ ਕੇ? ਹਾਂਜੀ ਹਾਂਜੀ, ਮੈਂ ਬਹੁਤ ਖੁਸ਼ ਹਾਂ ਜੀ ਅਵਾਰਡ ਲੈ ਕੇ, ਮੈਨੂੰ ਬੜਾ ਮਾਣ ਮਹਿਸੂਸ ਹੋ ਰਿਹਾ। ਮੈਨੂੰ ਇਹ ਗੱਲ ਦਾ ਮੈਨੂੰ ਸਭ ਤੋਂ ਵੱਡਾ ਮਾਣ ਮਹਿਸੂਸ ਹੋ ਰਿਹਾ ਵੀ ਮੈਂ ਇੱਕ ਆਂਗਨਵਾੜੀ ਵਰਕਰ ਹਾਂ, ਆਂਗਨਵਾੜੀ ਵਰਕਰ ਹੋਣ ਦੇ ਨਾਤੇ ਵੀ ਮੈਂ ਨੈਸ਼ਨਲ ਅਵਾਰਡ ਲਿਆ ਜੀ। ਜਿਸ ਤਰ੍ਹਾਂ ਤੁਹਾਡੇ ਤੋਂ ਬੱਚੇ ਲੈ ਗਏ, ਜੇ ਦੁਬਾਰਾ ਆਂਗਨਵਾੜੀ ਵਰਕਰ ਨੂੰ ਦਿੱਤਾ ਜਾਣ ਬੱਚੇ? ਹਾਂਜੀ ਹਾਂਜੀ ਸਰ, ਮੈਂ ਬਹੁਤ ਮਤਲਬ ਅਸੀਂ ਬਾਰ ਬਾਰ ਸਾਡੇ ਧਰਨੇ ਮੁਜ਼ਾਹਰੇ ਹੋ ਰਹੇ ਨੇ ਹਰੇਕ ਜਗ੍ਹਾ 'ਤੇ ਵੀ ਸਾਡੇ ਬੱਚੇ ਸਾਨੂੰ ਵਾਪਸ ਕਰੋ, ਕਿਉਂਕਿ ਸਰਕਾਰ ਪੰਜਾਬ ਸਰਕਾਰ ਦੀਆਂ ਸਾਂਝੀਆਂ ਹਦਾਇਤਾਂ ਮੁਤਾਬਕ ਇਹ ਹੋਇਆ ਸੀ ਵੀ ਟੀਚਰ 1 ਘੰਟਾ ਕੇ ਆਂਗਨਵਾੜੀਆਂ ਦੇ ਵਿੱਚ ਪੜ੍ਹਾ ਕੇ ਜਾਇਆ ਕਰੋ, ਪਰ ਨਾ ਕੋਈ ਆਂਗਨਵਾੜੀ ਵਿੱਚ ਟੀਚਰ ਪੜ੍ਹਾਉਣ ਆ ਰਿਹਾ, ਆਂਗਨਵਾੜੀਆਂ ਖਾਲੀ ਹੋ ਰਹੀਆਂ, ਬੱਚੇ ਰੈਗੂਲਰ ਸਕੂਲਾਂ 'ਚ ਜਾ ਰਹੇ ਨੇ, ਉੱਥੇ ਪ੍ਰੀ ਸਕੂਲ ਐਜੂਕੇਸ਼ਨ ਦਿੱਤੀ। ਜਿਹੜੀਆਂ ਬਾਕੀ ਸਾਡੀਆਂ ਸੇਵਾਵਾਂ ਨੇ ਉਹ ਅਸੀਂ ਲਗਾਤਾਰ ਪ੍ਰੋਪਰ ਢੰਗ ਨਾਲ ਮੁਹੱਈਆ ਕਰਵਾ ਰਹੇ ਹਾਂ। ਆਗਿਆ ਪਾਲ ਕੌਰ ਨੇ ਮਿਹਨਤ ਕਰਕੇ ਦਿਨ ਰਾਤ ਇੱਕ ਕਰਕੇ ਇੱਥੇ ਸਾਰੇ ਪਿੰਡ ਦੇ ਵਿੱਚ, ਮੈਂ ਹੁਣੇ ਗੁਰੂ ਘਰ ਹੋ ਕੇ ਆਇਆ, ਗੁਰਦੁਆਰਾ ਸਾਹਿਬ ਅੱਜ ਨਵੀਂ ਬਣੀ ਪੰਚਾਇਤ ਵੱਲੋਂ ਅਖੰਡ ਪਾਠ ਸਾਹਿਬ ਦੇ ਭੋਗ ਸੀ, ਉੱਥੇ ਸਾਰੇ ਪਿੰਡ ਨੇ ਇਹਨਾਂ ਦੀ ਜਿਹੜੀ ਸਲਾਘਾ ਕੀਤੀ ਹੈ। ਸਲਾਘਾ ਉਸ ਬੱਚੇ ਦੀ ਹੁੰਦੀ ਹੈ ਜਿਹੜਾ ਕੁਛ ਨਗਰ ਵਾਸਤੇ ਜਾਂ ਬੱਚਿਆਂ ਵਾਸਤੇ ਕਰਦਾ। ਮੈਂ ਵੀ ਨਿੱਜੀ ਤੌਰ 'ਤੇ ਸਤਿਕਾਰਯੋਗ ਸਾਹੂ ਸਿੰਘ ਧੰਸੋ ਕੈਬਨ ਮੰਤਰੀ ਪੰਜਾਬ, ਉਹਨਾਂ ਵੱਲੋਂ ਸਾਥੀਆਂ ਸਮੇਤ ਹਾਜ਼ਰ ਹੁੰਦਾ ਹੋਇਆ ਇਸ ਪਿੰਡ ਦੇ ਸਰਪੰਚ ਸਾਹਿਬ ਅਤੇ ਇਸ ਬੱਚੀ ਨੂੰ ਮੈਡਮ CDPO ਅਤੇ ਉਹਨਾਂ ਦੇ ਪੂਰੇ ਸਟਾਫ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਇਸ ਗੱਲ ਦੀ ਕਿ ਸਾਡੇ ਡੱਗਰ ਦੀ ਆਂਗਨਵਾੜੀ ਵਰਕਰ ਮੈਡਮ ਆਗਿਆ ਪਾਲ ਕੌਰ ਜੀ ਨੂੰ ਜਿਹੜਾ ਨੈਸ਼ਨਲ ਅਵਾਰਡ ਮਿਲਿਆ। ਇਹ ਜਿਹੜਾ ਨੈਸ਼ਨਲ ਅਵਾਰਡ ਹੈ ਉਹਦਾ ਇਹੀ ਕਾਰਨ ਹੈ ਕਿ ਬੱਚਿਆਂ ਨਾਲ ਇੱਥੇ ਬਹੁਤ ਹੀ ਪਰਿਵਾਰਕ ਤਰੀਕੇ ਨਾਲ ਵਿਚਰਦੇ ਨੇ ਔਰ ਜਿਹੜਾ ਸੈਂਟਰ ਹੈ ਵਧੀਆ ਢੰਗ ਨਾਲ ਚਲਾ ਰਹੇ ਨੇ। ਸਾਡਾ ਜਿਹੜਾ ਸੈਂਟਰ ਹੈ ਆਧੁਨਿਕ ਸਕੀਮਾਂ ਨਾਲ ਸਾਰਿਆਂ ਨਾਲ ਲੈਸ ਹੈ ਪੂਰਾ, ਠੀਕ ਹੈ, ਬਹੁਤ ਵਧੀਆ ਚੱਲ ਰਿਹਾ। ਸੋ ਮੈਂ ਸੈਂਟਰ ਗੌਰਮੈਂਟ ਨੂੰ ਔਰ ਸਾਡੇ ਕੈਬਨਿਟ ਮੰਤਰੀ ਪੰਜਾਬ ਸਰਦਾਰ ਸਾਧੂ ਸਿੰਘ ਧਰਮਸੋਤ ਜੀ ਨੂੰ, ਪੰਜਾਬ ਸਰਕਾਰ ਨੂੰ ਬਹੁਤ ਹੀ ਇਸ ਗੱਲੋਂ ਵਧਾਈ ਦਾ ਪਾਤਰ ਹਾਂ ਔਰ ਧੰਨਵਾਦ ਕਰਦਾ ਕਿ ਸਾਡੇ ਨਗਰ ਲਈ ਇਸ ਕੁੜੀ ਨੂੰ ਜਿਹੜਾ ਨੈਸ਼ਨਲ ਅਵਾਰਡ ਮਿਲਿਆ। ਮੈਂ ਬਹੁਤ ਬਹੁਤ ਧੰਨਵਾਦੀ ਹਾਂ ਔਰ ਬਹੁਤ ਵਧਾਈਆਂ ਪੇਸ਼ ਕਰਦਾ। ਸੁਖਚੈਨ ਸਿੰਘ ਲੁਬਾਣਾ ਦੀ ਸਪੈਸ਼ਲ ਰਿਪੋਰਟ ਦੇ ਨਾਲ ਬਿਊਰੋ ਰਿਪੋਰਟ, ਦਾ TV NRI।